ਤਸਵੀਰਾਂ ਦਿਖਾ ਰਹੇ ਹਾਂ ਸ਼ੰਭੂ ਬੈਰੀਅਰ ਦੀਆਂ, ਜਿੱਥੇ ਵੱਡੀ ਗਿਣਤੀ ਦੇ ਵਿੱਚ ਇੱਥੇ ਹੁਣ ਬੈਰੀਕੇਡ ਲਗਾ ਕੇ ਰਸਤਾ ਰੋਕਣ ਦੀ ਜਿਹੜੀ ਹੈਗੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਪੰਜਾਬ ਤੋਂ ਕਿਸਾਨ ਆਉਣਗੇ ਉਹਨਾਂ ਨੂੰ ਹਰਿਆਣਾ ਦੇ ਬਾਰਡਰ 'ਤੇ ਰੋਕ ਲਿਆ ਜਾਵੇ। ਇਸੇ ਕਰਕੇ ਜਿਹੜਾ ਹੈਗਾ ਇੱਥੇ ਸਵੇਰ ਤੋਂ ਹੀ ਜਿਹੜੀ ਹੈਗੀ ਵੱਡੀ ਗਿਣਤੀ ਜਿੱਥੇ ਪੁਲਿਸ ਮੁਸ਼ਤੈਦ ਹੈਗੀ ਉੱਥੇ ਵੱਡੇ ਵੱਡੇ ਬੈਰੀਕੇਡ ਲਗਾ ਕੇ CCTV ਕੈਮਰੇ ਲਗਾ ਕੇ ਹਰ ਐਕਟੀਵਿਟੀ 'ਤੇ ਇੱਕ ਨਜ਼ਰ ਰੱਖੀ ਜਾ ਰਹੀ ਹੈ। ਸ਼ੰਭੂ ਬੈਰੀਅਰ ਕਰਨਗੇ ਤਾਂ ਇੱਥੋਂ ਦੇ ਹਾਲਾਤ ਕੀ ਨੇ, ਮੇਰੇ ਪਿੱਛੇ ਦੇਖ ਸਕਦੇ ਜੋ ਪੰਜਾਬ ਵਾਲੇ ਪਾਸੇ ਤੋਂ ਆਉਣਗੇ ਤਾਂ ਰਸਤਾ ਬਿਲਕੁਲ ਖੁੱਲ੍ਹਾ ਹੈਗਾ, ਔਰ ਜਿਵੇਂ ਸ਼ੰਭੂ ਬੈਰੀਅਰ 'ਤੇ ਘੱਗਰ ਦਰਿਆ ਦੇ ਪੁਲ 'ਤੇ ਆਉਣਗੇ ਤਾਂ ਉੱਥੇ ਵੱਡੇ ਵੱਡੇ ਬੈਰੀਕੇਡ ਲਗਾ ਦਿੱਤੇ ਗਏ ਨੇ। ਤਾਂ ਸੁਰੱਖਿਆ ਬਲ ਵੀ ਜਿਹੜੇ ਹੈਗੇ ਨੇ ਇੱਥੇ ਪਹੁੰਚ ਚੁੱਕੇ ਨੇ, ਆਪਣੀਆਂ ਪੁਜੀਸ਼ਨਾਂ ਉਹ ਸਾਂਭ ਚੁੱਕੇ ਨੇ। ਔਰ ਬੀਤੇ ਕੱਲ੍ਹ ਅਥਰੂ ਗੈਸ ਦੇ ਗੋਲੇ ਸੱਟ ਕੇ ਤਿਆਰੀ ਕੀਤੀ ਗਈ ਸੀ ਕਿ ਜੇਕਰ ਕਿਸਾਨਾਂ ਨੂੰ ਰੋਕਿਆ ਜਾਣਾ ਕਿੱਥੋਂ ਤੱਕ ਰੋਕਿਆ ਜਾ ਸਕਦਾ ਹੈ, ਤਾਂ ਕੰਡਿਆਲੀਆਂ ਤਾਰਾਂ ਤੁਸੀਂ ਵੇਖ ਰਹੇ ਹੋ ਕਿ ਕੰਡਿਆਲੀ ਤਾਰ ਉੱਪਰ ਲਗਾ ਦਿੱਤੀ ਗਈ ਹੈ। 13 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਹੈਗਾ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ। SKM ਜਿਹੜਾ ਹੈਗਾ ਨੋਨ ਪੋਲੀਟੀਕਲ ਇਹ ਅਗਵਾਈ ਕਰੇਗਾ, ਤਾਂ ਬਹੁਤ ਸਾਰੀਆਂ ਜਥੇਬੰਦੀਆਂ ਇਸ ਦੇ ਵਿੱਚ ਸ਼ਾਮਿਲ ਹੋ ਰਹੀਆਂ, ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨੀ ਅੰਦੋਲਨ ਲਗਾਤਾਰ ਕਿਸਾਨਾਂ ਵੱਲੋਂ ਪੰਜਾਬ ਦੇ ਵਿੱਚ ਵਿੱਢਿਆ ਹੋਇਆ ਸੀ, ਤਾਂ ਹੁਣ ਉਸ ਨੂੰ ਦਿੱਲੀ ਤੱਕ ਲੈ ਕੇ ਜਾਣ ਦੇ ਲਈ ਪਹਿਲਾਂ ਤੋਂ ਐਲਾਨ ਕੀਤਾ ਗਿਆ ਸੀ। ਤਾਂ ਤਸਵੀਰਾਂ ਦਿਖਾ ਰਹੇ ਹਾਂ ਸ਼ੰਭੂ ਬੈਰੀਅਰ ਦੀਆਂ, ਜਿੱਥੇ ਵੱਡੀ ਗਿਣਤੀ ਦੇ ਵਿੱਚ ਇੱਥੇ ਹੁਣ ਬੈਰੀਕੇਡ ਲਗਾ ਕੇ ਰਸਤਾ ਰੋਕਣ ਦੀ ਜਿਹੜੀ ਹੈਗੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਦਿੱਲੀ ਦੇ ਵਿੱਚ ਐਂਟਰ ਨਾ ਹੋ ਸਕਣ। ਹਰਿਆਣਾ ਸਰਕਾਰ ਵੱਲੋਂ ਇੱਥੇ ਵੱਡੇ ਵੱਡੇ ਬੈਰੀਕੇਡ ਲਗਾ ਦਿੱਤੇ ਗਏ ਨੇ, ਕੰਧਾਂ ਕਰ ਦਿੱਤੀਆਂ ਗਈਆਂ ਨੇ, ਔਰ 13 ਫਰਵਰੀ ਨੂੰ ਜਦੋਂ ਇੱਥੇ ਕਿਸਾਨ ਪਹੁੰਚਣਗੇ ਤਾਂ ਉਹਨੂੰ ਕਿਸੇ ਹਾਲਤ ਦੇ ਵਿੱਚ ਅੱਗੇ ਨਾ ਜਾਣ ਦਿੱਤਾ ਜਾਵੇ। ਇਸ ਨੂੰ ਲੈ ਕੇ ਪ੍ਰਸ਼ਾਸਨ ਇੱਥੇ ਮੁਸ਼ਤੈਦ ਨਜ਼ਰ ਆ ਰਿਹਾ। ਹਰਿਆਣਾ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਜਿਹੜੇ ਪੰਜਾਬ ਤੋਂ ਕਿਸਾਨ ਆਉਣਗੇ ਉਹਨਾਂ ਨੂੰ ਹਰਿਆਣਾ ਦੇ ਬਾਰਡਰ 'ਤੇ ਰੋਕ ਲਿਆ ਜਾਵੇ। ਇਸੇ ਕਰਕੇ ਜਿਹੜਾ ਹੈਗਾ ਇੱਥੇ ਸਵੇਰ ਤੋਂ ਹੀ ਜਿਹੜੀ ਹੈਗੀ ਵੱਡੀ ਗਿਣਤੀ ਜਿੱਥੇ ਪੁਲਿਸ ਮੁਸ਼ਤੈਦ ਹੈਗੀ ਉੱਥੇ ਵੱਡੇ ਵੱਡੇ ਬੈਰੀਕੇਡ ਲਗਾ ਕੇ CCTV ਕੈਮਰੇ ਲਗਾ ਕੇ ਹਰ ਐਕਟੀਵਿਟੀ 'ਤੇ ਇੱਕ ਨਜ਼ਰ ਰੱਖੀ ਜਾ ਰਹੀ ਹੈ। ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਮੇਰੇ ਬਿਲਕੁਲ ਸਾਹਮਣੇ ਵਾਲੇ ਪਾਸੇ ਜਿਹੜਾ ਹੈਗਾ ਘੱਗਰ ਦਰਿਆ ਹੈਗਾ ਪੁਲ ਹੈਗਾ, ਔਰ ਪੁਲ ਦੇ ਦੋਨੇ ਪਾਸੇ ਜਿਹੜੇ ਹੈਗੇ ਨੇ ਬੈਰੀਕੇਡ ਜਿਹੜੇ ਗਏ ਨੇ ਉਹ ਪੱਕੇ ਕਰ ਦਿੱਤੇ ਗਏ ਨੇ। ਇਹ ਤਸਵੀਰਾਂ ਉਸ ਅੰਦੋਲਨ ਦੀਆਂ ਮੁੜ ਯਾਦ ਦਵਾਰੀਆਂ ਨੇ ਜਿਹੜਾ ਅੰਦੋਲਨ ਕਿਸਾਨਾਂ ਵੱਲੋਂ 2020 ਦੇ ਵਿੱਚ ਲੜਿਆ ਗਿਆ ਸੀ। ਤਾਂ ਲਗਾਤਾਰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿ ਇੱਥੇ ਹਾਲਾਤ ਕੀ ਨੇ, ਜਦੋਂ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਵਾਇਆ ਸ਼ੰਭੂ ਬੈਰੀਅਰ ਕਰਨਗੇ ਤਾਂ ਇੱਥੋਂ ਦੇ ਹਾਲਾਤ ਕੀ ਨੇ, ਮੇਰੇ ਪਿੱਛੇ ਦੇਖ ਸਕਦੇ ਹੋ ਜੋ ਪੰਜਾਬ ਵਾਲੇ ਪਾਸੇ ਤੋਂ ਆਉਣਗੇ ਤਾਂ ਰਸਤਾ ਬਿਲਕੁਲ ਖੁੱਲ੍ਹਾ ਹੈਗਾ, ਔਰ ਜਿਵੇਂ ਸ਼ੰਭੂ ਬੈਰੀਅਰ 'ਤੇ ਘੱਗਰ ਦਰਿਆ 'ਤੇ ਪੁਲ 'ਤੇ ਆਉਣਗੇ ਤਾਂ ਉੱਥੇ ਵੱਡੇ ਵੱਡੇ ਬੈਰੀਕੇਟ ਲਗਾ ਦਿੱਤੇ ਗਏ ਨੇ। ਤਾਂ ਹੁਣ ਤੱਕ ਦੇ ਕੀ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੂੰ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਜਦੋਂ ਕਿਸਾਨ ਸ਼ੰਭੂ ਬੈਰੀਅਰ 'ਤੇ ਐਂਟਰ ਕਰਨਗੇ ਤਾਂ ਉਹਨੂੰ ਕਿਸ ਤਰੀਕੇ ਨਾਲ ਰੋਕਣ ਦੇ ਲਈ ਜਿਹੜੇ ਹੈਗੇ ਨੇ ਹੁਣ ਤੋਂ ਹੀ ਇੰਤਜ਼ਾਮਾਤ ਕੀਤੇ ਗਏ ਨੇ, ਕਿਉਂਕਿ ਹਰਿਆਣਾ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦੇ ਕਿਸਾਨ ਹਰਿਆਣਾ ਦੇ ਜ਼ਰੀਏ ਜਿਹੜੇ ਹੈਗਾ ਅੱਗੇ ਐਂਟਰੀ ਕਰਨ, ਔਰ ਇੱਥੋਂ ਜਿਹੜਾ ਹੈਗਾ ਅੰਬਾਲਾ ਔਰ ਫਿਰ ਕੁਰੂਕਸ਼ੇਤਰ ਹੁੰਦੇ ਹੋਏ ਦਿੱਲੀ ਪਹੁੰਚਣ ਦੇ। ਇਸੇ ਕਰਕੇ ਜਿਹੜੇ ਹੈਗੇ ਹੁਣ ਪ੍ਰਸ਼ਾਸਨ ਵੱਲੋਂ ਪੂਰੇ ਪੁਖਤਾ ਪ੍ਰਬੰਧ ਜਿਹੜੇ ਹੈਗੇ ਨੇ ਕਰ ਦਿੱਤੇ ਗਏ ਨੇ। ਟਾਈਲ ਜਿਹੜੀ ਹੈਗੀ ਆ, ਸਲੈਬ ਜਿਹੜੀ ਹੈਗੀ ਆ, ਵੱਡੀ ਕੰਧ ਜਿਹੜੀ ਹੈਗੀ ਉਸਾਰ ਦਿੱਤੀ ਗਈ ਹੈ ਕਿਸਾਨਾਂ ਦੇ ਸਾਹਮਣੇ। ਤਾਂ ਸੁਰੱਖਿਆ ਬਲ ਵੀ ਜਿਹੜੇ ਹੈਗੇ ਨੇ ਇੱਥੇ ਪਹੁੰਚ ਚੁੱਕੇ ਨੇ, ਆਪਣੀਆਂ ਪੁਜੀਸ਼ਨਾਂ ਉਹ ਸਾਂਭ ਚੁੱਕੇ ਨੇ। ਤਾਂ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਹੁਣ ਕਿਸਾਨਾਂ ਦਾ ਰਸਤਾ ਰੋਕਣ ਦੇ ਲਈ ਹਰਿਆਣੇ ਵਾਲੇ ਪਾਸੇ ਤੋਂ ਪੂਰੀ ਤਿਆਰੀ ਹੋ ਚੁੱਕੀ ਹੈ। ਪ੍ਰਸ਼ਾਸਨ ਇੱਥੇ ਮੁਸ਼ਤੈਦ ਹੈ, ਸੁਰੱਖਿਆ ਦਸਤੇ ਇੱਥੇ ਮੁਸ਼ਤੈਦ ਕਰ ਦਿੱਤੇ ਗਏ ਨੇ ਕਿ ਜਦੋਂ 13 ਫਰਵਰੀ ਨੂੰ ਕਿਸਾਨ ਇੱਥੇ ਪਹੁੰਚਣ ਤਾਂ ਉਹ
ਇੱਥੇ ਉਹਨਾਂ ਨੂੰ ਰੋਕਿਆ ਜਾ ਸਕੇ ਤਾਂ ਕੰਡਿਆਲੀ ਤਾਰ ਦਿੱਲੀ ਦੇ ਵਿੱਚ ਲਗਾਈ ਗਈ ਸੀ ਉਹੀ ਕੰਡਿਆਲੀ ਤਾਰ ਹੁਣ ਸ਼ੰਭੂ ਬੈਰੀਅਰ 'ਤੇ ਲਗਾਉਣੀ ਸ਼ੁਰੂ ਕਰ ਦਿੱਤੀ ਗਈ ਆ। ਇਹ ਮੇਰੇ ਦੂਸਰੇ ਹਿੱਸੇ ਦੀ ਤਸਵੀਰ ਆ ਜਿਹੜੀ ਹਰਿਆਣਾ ਵਾਲੇ ਪਾਸੇ ਦੀ ਆ। ਤਾਂ ਇੱਧਰ CCTV ਕੈਮਰੇ ਲਗਾ ਕੇ ਪੂਰੀ ਨਜ਼ਰਸਾਨੀ ਰੱਖੀ ਜਾਵੇਗੀ। ਇਸ ਨੂੰ ਲੈ ਕੇ ਤਿਆਰੀਆਂ ਬਖੂਬੀ ਤੌਰ 'ਤੇ ਪੂਰੀਆਂ ਕੀਤੀਆਂ ਜਾ ਚੁੱਕੀਆਂ ਨੇ। ਅਤੇ ਮੇਰੇ ਦੂਸਰੇ ਪਾਸੇ ਵੇਖ ਸਕਦੇ ਹੋ ਹਰਿਆਣਾ ਵਾਲੇ ਪਾਸੇ, ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਸਾਂਝੀਆਂ ਕਰ ਦੇਣ ਕਿ ਕਿਸ ਤਰੀਕੇ ਦੇ ਨਾਲ ਹਰਿਆਣਾ ਵਾਲੇ ਪਾਸੇ ਵੱਡੀ ਗਿਣਤੀ ਦੇ ਵਿੱਚ ਕੰਧਾਂ ਉਸਾਰ ਦਿੱਤੀਆਂ ਗਈਆਂ ਨੇ, ਕੰਡਿਆਲੀ ਤਾਰ ਜਿਹੜੀ ਹੈਗੀ ਉਹ ਲਗਾ ਦਿੱਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਇੱਥੇ ਰੋਕਿਆ ਜਾ ਸਕੇ। ਤਾਂ ਸੁਰੱਖਿਆ ਦਸਤੇ ਵੀ ਤੈਨਾਤ ਕਰ ਦਿੱਤੇ ਗਏ ਨੇ। ਉਹ ਬੀਤੇ ਕੱਲ੍ਹ ਅਥਰੂ ਗੈਸ ਦੇ ਗੋਲੇ ਸੱਟ ਕੇ ਤਿਆਰੀ ਕੀਤੀ ਗਈ ਸੀ ਕਿ ਜੇਕਰ ਕਿਸਾਨਾਂ ਨੂੰ ਰੋਕਿਆ ਜਾਣਾ ਕਿੱਥੋਂ ਤੱਕ ਰੋਕਿਆ ਜਾ ਸਕਦਾ ਹੈ। ਤਾਂ ਕੰਡਿਆਲੀਆਂ ਤਾਰਾਂ ਤੁਸੀਂ ਵੇਖ ਰਹੇ ਹੋ ਕਿ ਕੰਡਿਆਲੀ ਤਾਰ ਉੱਪਰ ਲਗਾ ਦਿੱਤੀ ਗਈ ਹੈ। ਤਕਰੀਬਨ ਜਿਹੜੇ 7 ਲੇਅਰ ਜਿਹੜੇ ਹੈਗੇ ਨੇ ਬਣਾਏ ਗਏ ਨੇ, ਵੱਡੇ ਵੱਡੇ ਪੱਥਰ ਵਿਚਾਲੇ ਰੱਖੇ ਗਏ ਨੇ। 7 ਲੇਅਰ ਹੈ ਔਰ 3 ਲੇਅਰ ਜਿਹੜੀ ਹੈਗੇ ਨੇ ਉਹ ਕੰਡਿਆਲੀ ਤਾਰ ਦੇ ਨੇ। ਤਾਂ 3 ਲੇਅਰ ਦੇ ਵਿੱਚ ਕੰਡਿਆਲੀ ਤਾਰ ਔਰ ਟੋਟਲ 7 ਲੇਅਰ ਜਿਹੜੀਆਂ ਹੈਗੀਆਂ ਉਹ ਤਿਆਰ ਕੀਤੀਆਂ ਗਈਆਂ ਨੇ। CCTV ਕੈਮਰੇ ਨਜ਼ਰ ਰੱਖੀ ਜਾ ਰਹੀ ਹੈ ਕਿ ਜੇਕਰ ਇੱਥੇ ਕਿਸੇ ਵੱਲੋਂ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਨਜਿੱਠਿਆ ਜਾਣਾ ਹੈ। ਤਾਂ ਇਹ ਇੱਕ ਹਿੱਸੇ ਦੀ ਤਸਵੀਰ ਹੈ, ਤਾਂ ਦੂਸਰੇ ਹਿੱਸੇ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਕਿਉਂਕਿ ਵਾਪਸੀ ਔਰ ਜਾਣ ਦੇ 2 ਰਸਤੇ ਨੇ ਕਿ ਕਿਸਾਨਾਂ ਨੇ ਪਿਛਲੀ ਵਾਰ ਦੋਨੇ ਰਸਤਿਆਂ ਤੋਂ ਜਿਹੜਾ ਹੈਗਾ ਦਿੱਲੀ ਕੂਚ ਕੀਤਾ ਸੀ। ਤਾਂ ਇਹ ਇੱਕ ਹਿੱਸੇ ਦੀ ਤਸਵੀਰ ਆ, ਜਿਹੜੇ ਅੰਬਾਲੇ ਵਾਲੇ ਪਾਸਿਓਂ ਲੋਕ ਪੰਜਾਬ ਦੇ ਵਿੱਚ ਐਂਟਰ ਹੁੰਦੇ ਨੇ ਉਸ ਹਿੱਸੇ ਦੀ ਤੁਹਾਡੇ ਨਾਲ ਤਸਵੀਰ ਸਾਂਝਾ ਕੀਤੀ ਸੀ। ਅਤੇ ਹੁਣ ਤੁਹਾਡੇ ਨਾਲ ਪੰਜਾਬ ਤੋਂ ਹਰਿਆਣਾ ਦੇ ਵਿੱਚ ਜਦੋਂ ਐਂਟਰੀ ਹੁੰਦੀ ਆ ਉਹ ਤੁਹਾਨੂੰ ਰਸਤਾ ਦਿਖਾ ਰਹੇ, ਉਹ ਵੀ ਕਿਸ ਤਰੀਕੇ ਨਾਲ ਇੱਥੇ ਬੈਰੀਕੇਡ ਲਗਾ ਕੇ ਸੀਲ ਕੀਤਾ ਜਾ ਰਿਹਾ ਹੈ। ਕੰਡਿਆਲੀਆਂ ਤਾਰਾਂ ਵਿਛਾਈਆਂ ਜਾ ਰਹੀਆਂ ਨੇ, ਵਿਚਾਲੇ ਘੱਗਰ ਦਰਿਆ ਹੈਗਾ। ਕਿਸੇ ਤਰੀਕੇ ਦੇ ਨਾਲ ਕਿਸਾਨ ਦਿੱਲੀ ਕੂਚ ਨਾ ਕਰ ਪਾਉਣ, ਅੰਬਾਲਾ ਐਂਟਰ ਨਾ ਕਰ ਪਾਉਣ, ਇਸ ਨੂੰ ਲੈ ਕੇ ਤਿਆਰੀਆਂ ਬਖੂਬੀ ਤੌਰ 'ਤੇ ਮੁਕੰਮਲ ਕੀਤੀਆਂ ਜਾ ਰਹੀਆਂ ਨੇ। ਇੱਕ ਪਾਸੇ ਸਰਕਾਰ ਵੱਲੋਂ ਸੱਦਾ ਦਿੱਤਾ ਜਾ ਰਿਹਾ ਕਿਸਾਨਾਂ ਵੱਲੋਂ, ਕੱਲ੍ਹ ਮੀਟਿੰਗ ਹੋਵੇਗੀ 5 ਵਜੇ ਕਿ 3 ਕੇਂਦਰੀ ਮੰਤਰੀਆਂ ਦੇ ਨਾਲ ਮੰਗਾਂ ਕਿਹੜੀਆਂ ਕਿਹੜੀਆਂ ਨੇ ਉਹ ਵੀ ਤੁਹਾਨੂੰ ਥੋੜ੍ਹਾ ਦੱਸ ਦਈਏ। 6 ਮੰਗਾਂ ਉਹ ਨੇ ਜਿਨ੍ਹਾਂ ਨੂੰ ਕਿਸਾਨ ਕਹਿ ਰਹੇ ਨੇ ਕਿ ਇਸ ਦਾ ਫੌਰੀ ਹੱਲ ਜਿਹੜਾ ਹੈਗਾ ਉਹ ਪ੍ਰਸ਼ਾਸਨ ਦੇ ਲੈਵਲ 'ਤੇ ਹੋ ਸਕਦਾ ਹੈ। 6 ਮੰਗਾਂ ਉਹ ਨੇ ਜਿਹੜੀਆਂ ਸਰਕਾਰ ਦੇ ਸਾਹਮਣੇ ਰੱਖੀਆਂ ਜਾਣੀਆਂ ਨੇ, 6 ਮੰਗਾਂ ਪ੍ਰਸ਼ਾਸਨ ਦੇ ਨਾਲ ਸਰਕਾਰ 6 ਮੰਗਾਂ ਸਰਕਾਰ ਦੇ ਨਾਲ, ਜਿਹੜੀਆਂ ਪ੍ਰਸ਼ਾਸਨ ਦੇ ਸਾਹਮਣੇ ਮੰਗਾਂ ਰੱਖੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਤਮਾਮ ਕੇਸ ਵਾਪਸ ਲਏ ਜਾਣ ਜਿਹੜੇ ਕਿਸਾਨੀ ਪਿਛਲੇ ਕਿਸਾਨੀ ਅੰਦੋਲਨ ਦੇ ਦੌਰਾਨ ਹੋਏ ਸੀ। ਲਖੀਮਪੁਰ ਘਟਨਾ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਮਿਲਣ, ਪੀੜਤਾਂ ਨੂੰ ਮੁਆਵਜ਼ਾ ਮਿਲੇ। ਇਸ ਦੇ ਨਾਲ ਹੀ ਜਿਹੜਾ ਹੈਗਾ ਹੁਣ ਤੱਕ ਟਰੈਕਟਰ ਜਿਹੜੇ ਹੈਗੇ ਨੇ ਥਾਣਿਆਂ ਦੇ ਵਿੱਚ ਨੇ ਉਹ ਟਰੈਕਟਰ ਜਿਹੜੇ ਹੈਗੇ ਨੇ ਉਹ ਵਾਪਸ ਛੱਡੇ ਜਾਣ। ਔਰ ਇੱਕ ਵੱਡਾ ਜਿਹੜਾ ਹੈਗਾ UT ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੇਸ ਦਰਜ ਹੋਏ ਸੀ। UT ਪ੍ਰਸ਼ਾਸਨ ਵੱਲੋਂ ਬਹੁਤ ਸਾਰੇ ਕਿਸਾਨਾਂ ਦੇ ਖਿਲਾਫ ਚਲਾਣ ਵੀ ਪੇਸ਼ ਕੀਤਾ ਗਿਆ, ਉਹ ਚਲਾਣ ਵੀ ਵਾਪਸ ਲਿਆ ਜਾਵੇ, ਉਹ FIR ਵੀ ਜਿਹੜੀਆਂ ਵਾਪਸ ਲਈਆਂ ਜਾਣ। ਜਿਹੜੀਆਂ ਸਰਕਾਰ ਨਾਲ ਮੰਗਾਂ ਨੇ
ਉਹਨਾਂ ਦੇ ਵਿੱਚ MSP ਦੀ ਮੰਗ ਹੈਗੀ ਹੈ, MSP ਨੂੰ ਲੈ ਕੇ ਕਾਨੂੰਨ ਬਣਾਇਆ ਜਾਵੇ, ਤਮਾਮ ਕਿਸਾਨੀ ਕਰਜ਼ਾ ਮਾਫ਼ ਕੀਤਾ ਜਾਵੇ, 65 ਸਾਲ ਤੋਂ ਕਿਸਾਨਾਂ ਜਿਹੜੀ ਉਮਰ ਹੋਵੇਗੀ ਉਹਨਾਂ ਲਈ ਪ੍ਰਤੀ ਮਹੀਨਾ 10,000 ਜਿਹੜੀ ਹੈਗੀ ਆ ਉਹ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ, ਬਿਜਲੀ ਸੋਧ ਬਿੱਲ 2020 ਨੂੰ ਵਾਪਸ ਲਿਆ ਜਾਵੇ। ਚਿੱਪ ਵਾਲੇ ਮੀਟਰ ਜਿਹੜੇ ਹੈਗੇ ਨੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਮਨਜ਼ੂਰ ਨਹੀਂ ਕਰਾਂਗੇ ਭਾਰਤ WTO ਤੋਂ ਬਾਹਰ ਆਵੇ, ਔਰ ਜਿਹੜਾ ਹੈਗਾ ਐਕਸਪੋਰਟ ਡਿਊਟੀ ਕਣਕ 'ਤੇ ਘਟਾਈ ਗਈ ਆ ਉਸ ਨੂੰ ਜਿਉਂ ਦੀ ਤਿਉਂ ਰੱਖੀ ਜਾਵੇ। ਇਹ ਹੈਗੀਆਂ ਕੇਂਦਰ ਸਰਕਾਰ ਦੇ ਨਾਲ ਜੁੜੀਆਂ ਹੋਈਆਂ ਮੰਗਾਂ, ਔਰ ਬਾਕੀ ਸੂਬਿਆਂ ਦੇ ਨਾਲ ਜੁੜੀਆਂ ਹੋਈਆਂ ਮੰਗਾਂ ਨੇ। ਇਹਨਾਂ ਨੂੰ ਲੈ ਕੇ ਕੱਲ੍ਹ ਚੰਡੀਗੜ੍ਹ ਦੇ ਵਿੱਚ 5 ਵਜੇ ਦੇਰ ਸ਼ਾਮ 3 ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਵੀ ਹੋਵੇਗੀ, ਅਤੇ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ, ਜਾਣਕਾਰੀ ਤੁਹਾਡੇ ਨਾਲ ਪਲ ਪਲ ਦੀ ਸਾਂਝੀ ਇਸ ਕਰਕੇ ਕਰ ਰਹੇ ਹਾਂ ਕਿ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਹੁਣ ਇਸ ਅੰਦੋਲਨ 'ਤੇ ਲੱਗੀਆਂ ਹੋਈਆਂ, ਖਾਸ ਤੌਰ 'ਤੇ ਕਿਸਾਨ ਭਾਈਚਾਰੇ ਦੀਆਂ ਨਜ਼ਰਾਂ ਇਸ ਅੰਦੋਲਨ 'ਤੇ। ਪਰ ਜਿਸ ਤਰੀਕੇ ਨਾਲ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਵੱਡੇ ਪ੍ਰਬੰਧ ਕੀਤੇ ਜਾ ਰਹੇ ਨੇ, ਕਿਸਾਨ ਇਸ ਨੂੰ ਕੱਲ੍ਹ ਦੇਰ ਰਾਤ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਔਰ ਜਿਹੜੇ SKM ਨੋਨ ਪੋਲੀਟੀਕਲ ਨੂੰ ਅਗਵਾਈ ਕਰ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਵੀ ਲਾਈਵ ਹੋਏ ਸੀ, ਉਹਨਾਂ ਨੇ ਸਿੱਧੇ ਤੌਰ 'ਤੇ ਸਰਕਾਰ ਦੀ ਇਸ ਕਾਰਵਾਈ ਨੂੰ ਨਿੰਦਿਆ ਸੀ ਔਰ ਨਿਖੇਧੀ ਕੀਤੀ, ਕਿਹਾ ਸੀ ਕਿ ਇੱਕ ਪਾਸੇ ਸਰਕਾਰ ਸੱਦਾ ਦੇ ਰਹੀ ਆ ਗੱਲਬਾਤ ਦਾ, ਔਰ ਦੂਸਰੇ ਪਾਸੇ ਸਾਡੇ 'ਤੇ ਜ਼ਬਰ ਢਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਔਰ ਕਿਸਾਨਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਕਿਸਾਨੀ ਧਰਨੇ ਦੇ ਨਾਂ 'ਤੇ ਦਹਿਸ਼ਤ ਫੈਲਾਉਣ ਦਾ ਕੰਮ ਕਰ ਰਹੀ ਹੈ। ਜੇਕਰ ਕੋਈ ਵੀ ਅਣਸੁਖਾਵੀ ਘਟਨਾ ਹੁੰਦੀ ਹੈ ਇਸ ਨੂੰ ਲੈ ਕੇ ਪ੍ਰਸ਼ਾਸਨ ਔਰ ਸਰਕਾਰ ਜ਼ਿੰਮੇਵਾਰੀ ਹੋਵੇਗੀ, ਕਿਉਂਕਿ ਕਿਸਾਨ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਜ਼ਾਬਤੇ ਦੇ ਵਿੱਚ ਰਹਿ ਕੇ ਆਪਣਾ ਅੰਦੋਲਨ ਕਰਾਂਗੇ, ਜ਼ਾਬਤੇ ਦੇ ਵਿੱਚ ਰਹਿ ਕੇ ਆਪਣੀ ਗੱਲ ਰੱਖਾਂਗੇ, ਜ਼ਾਬਤੇ ਦੇ ਵਿੱਚ ਰਹਿ ਕੇ ਕੇਂਦਰ ਸਰਕਾਰ ਦੇ ਸਾਹਮਣੇ ਮੀਟਿੰਗਾਂ ਦੇ ਵਿੱਚ ਬੈਠਾਂਗੇ, ਅਸੀਂ ਮੀਟਿੰਗਾਂ ਤੋਂ ਨਹੀਂ ਭੱਜਾਂਗੇ। ਪਰ ਦੂਸਰੇ ਪਾਸੇ ਜਿਸ ਤਰੀਕੇ ਦੀ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਜਾ ਰਹੀ ਹੈ, ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ, ਉਸਦਾ ਅਸੀਂ ਵਿਰੋਧ ਕਰਦੇ ਹਾਂ। ਅਜਿਹੀ ਕਾਰਵਾਈ ਸਿਰਫ ਅਤੇ ਸਿਰਫ ਕਿਸਾਨਾਂ ਨੂੰ ਡਰਾਉਣ ਦੇ ਲਈ ਹੈ, ਲੋਕਾਂ ਦੇ ਵਿੱਚ ਦਹਿਸ਼ਤ ਫੈਲਾਉਣ ਦੇ ਲਈ ਹੈ। ਪਰ ਹਰਿਆਣਾ ਪ੍ਰਸ਼ਾਸਨ ਦਾ ਤਰਕ ਹੈ, ਸਰਕਾਰ ਦਾ ਤਰਕ ਹੈ ਕਿ ਜੇਕਰ ਕਿਸਾਨ ਇੰਟਰ ਕਰਦੇ ਨੇ ਤਾਂ ਹਾਲਾਤ ਜਿਹੜੇ ਹੈਗੇ ਨੇ ਸੜਕਾਂ 'ਤੇ ਜਾਣ ਵਾਲੇ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ, ਦਿੱਲੀ ਦੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ। ਇਸੇ ਕਰਕੇ ਟੇਬਲ ਟਾਕ ਦੇ ਜ਼ਰੀਏ ਜਿਹੜੀ ਗੱਲਬਾਤ ਜਾ ਰਹੀ ਆ ਤਾਂ ਉਸ ਗੱਲਬਾਤ ਦੇ ਜ਼ਰੀਏ ਨਤੀਜਾ ਕੱਢਣ ਦੀ ਕੋਸ਼ਿਸ਼ ਜ਼ਰੂਰ ਰਹੇਗੀ। ਤਾਂ ਹਰਿਆਣਾ ਦੇ ਕੁਝ ਵੱਡੇ ਅਧਿਕਾਰੀ ਜਿਹੜੇ ਹੈਗੇ ਨੇ ਮੌਕੇ ਦਾ ਜਾਇਜ਼ਾ ਲੈਣ ਦੇ ਲਈ ਇੱਥੇ ਪਹੁੰਚੇ ਨੇ, ਪਲ ਪਲ ਦੀ ਜਾਣਕਾਰੀ ਜਿਹੜੇ ਹੈਗੇ ਨੇ ਸੀਨੀਅਰ ਅਥਾਰਟੀ ਨੂੰ ਜਿਹੜੀ ਹੈਗੀ ਆ ਉਹ ਦਿੱਤੀ ਜਾ ਰਹੀ ਆ, ਪਲ ਪਲ ਦੀ ਜਾਣਕਾਰੀ ਜਿਹੜੀ ਕੇਂਦਰ ਸਰਕਾਰ ਤੱਕ ਪਹੁੰਚਾਈ ਜਾ ਰਹੀ ਹੈ। ਤਾਂ ਵਿਚਾਰਲਾ ਇੱਕ ਘੱਗਰ ਰਸਤਾ ਤੁਸੀਂ ਦੇਖ ਰਹੇ ਹੋ, ਘੱਗਰ ਰਸਤੇ ਦੇ ਉੱਪਰ 2 ਪੁਲ, ਉਹਨਾਂ ਦੇ ਨਾਲ ਜਿਹੜਾ ਪੰਜਾਬ ਔਰ ਹਰਿਆਣਾ ਕਨੈਕਟ ਹੁੰਦਾ ਤਾਂ ਦੋਨੇ ਰਸਤੇ ਉਹ ਬੰਦ ਕਰ ਦਿੱਤੇ ਗਏ ਨੇ, ਕਨੈਕਟੀਵਿਟੀ ਬੰਦ ਕਰ ਦਿੱਤੀ ਗਈ ਹੈ। 2 ਦਿਨ ਤੋਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਨੇਪਰੇ ਚਾੜ ਦਿੱਤਾ ਗਿਆ ਹੈ। ਤਾਂ CCTV ਲਾਉਣ ਦਾ ਕੰਮ ਜਾਰੀ ਆ, ਕੈਮਰੇ ਦੇ ਵਿੱਚ ਵੇਖ ਰਹੇ ਹੋ, CCTV ਕੈਮਰੇ ਲਾ ਕੇ ਇੱਕ ਜਿਹੜਾ ਹੈਗਾ ਰੂਮ ਤਿਆਰ ਕੀਤਾ ਗਿਆ ਜਿੱਥੇ ਪੂਰੀ ਨਜ਼ਰਸਾਨੀ ਕੀਤੀ ਜਾਵੇਗੀ ਕਿਸਾਨਾਂ ਦੇ ਉੱਪਰ, ਕਿਸਾਨਾਂ ਦੀ ਐਕਟੀਵਿਟੀ ਦੇ ਉੱਪਰ। ਕੰਟਰੋਲ ਰੂਮ ਸਥਾਪਿਤ ਕੀਤਾ ਗਿਆ, ਉਸ ਕੰਟਰੋਲ ਰੂਮ ਦੇ ਜ਼ਰੀਏ ਪੂਰੀ ਐਕਟੀਵਿਟੀ ਰਹੇਗੀ। ਇਹ ਲੋਕ ਨੇ, ਆਮ ਲੋਕ ਨੇ ਜਿਨ੍ਹਾਂ ਨੇ ਅੱਗੇ ਜਾਣਾ ਹੈਗਾ, ਉਹਨਾਂ ਨੂੰ ਨਹੀਂ ਪਤਾ ਸੀ ਕਿ ਅੱਗੇ ਰਸਤਾ ਬੰਦ ਹੈ ਤਾਂ ਖੱਜਲ ਖਰਾਬੀ ਦਾ ਸਾਹਮਣਾ ਕਰਨਾ। ਅੱਗੇ ਜਾਣਾ ਸੀ ਜੀ? ਕਿੱਥੇ ਜਾ ਰਹੇ ਸੀ? ਅਸੀਂ ਵੀਰਾ ਇੱਥੇ ਜਾ ਰਹੇ ਸੀ ਦਿੱਲੀ। ਅੱਛਾ, ਤੁਹਾਨੂੰ ਪਤਾ ਨਹੀਂ ਸੀ ਕਿ ਰਸਤਾ ਬੰਦ ਹੈ? ਨਹੀਂ ਵੀਰੇ, ਪਤਾ ਨਹੀਂ ਸੀਗਾ ਜੀ। ਜੀ, ਤੁਸੀਂ ਵੀ ਦਿੱਲੀ ਜਾਣਾ ਸੀ ਜੀ? ਹਾਂਜੀ, ਦਿੱਲੀ ਜਾਣਾ ਸੀ ਜੀ। ਪਿੱਛੋਂ ਜਦੋਂ ਆਏ ਸੀ ਕਿ ਤਾਂ ਇੱਥੇ ਆ ਕੇ ਤੁਹਾਨੂੰ ਪਤਾ ਲੱਗਿਆ ਕਿ ਰਸਤਾ ਬੰਦ ਹੈ? ਹਾਂਜੀ, ਇੱਥੇ ਪਤਾ ਲੱਗਿਆ ਜੀ। ਅੱਛਾ, ਤੇ ਹੁਣ ਫਿਰ? ਹੁਣ ਫਿਰ ਘਰੇ ਜਾਵਾਂਗੇ ਜੀ। ਦੇਖਦੇ ਹਾਂ ਜੀ, ਹੁਣ ਵਾਪਸ ਜਾਣਾ ਪੈਣਾ ਜੀ। ਤਾਂ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਦਿੱਲੀ ਜਾਣਾ ਸੀ, ਹਰਿਆਣਾ ਜਾਣਾ ਸੀ, ਉਹਨਾਂ ਨੂੰ ਇਸੇ ਤਰੀਕੇ ਦੀਆਂ ਮੁਸ਼ਕਲਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਇੱਧਰਲੇ ਪਾਸੇ ਪੰਜਾਬ ਵਾਲੇ ਪਾਸੇ
ਥੋੜ੍ਹਾ ਜਿਹਾ ਕੈਮਰਾ ਦੇ ਜ਼ਰੀਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਰਸਤਾ ਬੰਦ ਕਰ ਦਿੱਤਾ ਗਿਆ, ਕਿਉਂਕਿ ਬਹੁਤ ਸਾਰੇ ਲੋਕ ਜਾਣਕਾਰੀ ਘੱਟ ਰੱਖਦੇ ਨੇ, ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਨਹੀਂ ਜਾਂ ਖਬਰ ਨਹੀਂ ਦੇਖੀ ਹੋਵੇਗੀ, ਤਾਂ ਉਹ ਆਪ ਮਾਰੇ ਜਿਹੜਾ ਆਮ ਰਸਤਾ ਹੈਗਾ ਉਸ ਰਸਤੇ ਜ਼ਰੀਏ ਹਰਿਆਣਾ ਜਾਣ ਦੀ ਕੋਸ਼ਿਸ਼ ਕਰਦੇ ਨੇ। ਤਾਂ ਇੱਧਰ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਖੱਜਲ ਖਰਵਾਰੀ ਦਾ ਸਾਹਮਣਾ ਕਰਨਾ ਪਿਆ, ਉਹ ਨੇ ਕਿ ਕਿਸ ਤਰੀਕੇ ਦੇ ਨਾਲ ਰਸਤੇ ਬੰਦ ਕੀਤੇ ਗਏ ਨੇ, ਰਸਤੇ ਬੰਦ ਕਰਕੇ ਜਿਹੜਾ ਹੈਗਾ ਕਿਸਾਨਾਂ ਦੇ ਅੰਦੋਲਨ ਨੂੰ ਇੱਥੇ ਰੋਕਣ ਦੀ ਕੋਸ਼ਿਸ਼ ਜਿਹੜੀ ਹੈਗੀ ਕੀਤੀ ਜਾ ਰਹੀ ਹੈ, ਪ੍ਰਸ਼ਾਸਨ ਲਗਾਤਾਰ ਮੁਸ਼ਤੈਦ ਹੈ। ਤਾਂ ਅਸੀਂ ਅਪੀਲ ਕਰਾਂਗੇ ਜਿਹੜੇ ਵੀ ਲੋਕ ਦਿੱਲੀ ਆਉਣਾ ਚਾਹੁੰਦੇ ਨੇ, ਜੇਕਰ ਉਹਨਾਂ ਦਾ ਕੰਮ ਕੁਝ ਦਿਨਾਂ ਲਈ ਰੁਕ ਸਕਦਾ, ਰੁਕਿਆ ਜਾ ਸਕਦਾ, ਤਾਂ ਉਹ ਇਹਨਾਂ ਰਸਤਿਆਂ 'ਤੇ ਦਿੱਲੀ ਨਾ ਆਉਣ, ਕਿਉਂਕਿ ਰਸਤੇ ਬਿਲਕੁਲ ਬੰਦ ਕਰ ਦਿੱਤੇ ਗਏ ਨੇ, ਚਾਹੇ ਉਹ ਖਨੌਰੀ ਬਾਰਡਰ ਹੋਵੇ, ਚਾਹੇ ਉਹ ਸ਼ੰਭੂ ਬੈਰੀਅਰ ਹੋਵੇ, ਦੋਨਾਂ 'ਤੇ ਚੰਡੀਗੜ੍ਹ ਨਾਲ ਜਿਹੜੀ ਕਨੈਕਟੀਵਿਟੀ ਸੀ, ਪੰਜਾਬ ਨਾਲ ਕਨੈਕਟੀਵਿਟੀ ਸੀ, ਉਹ ਬਿਲਕੁਲ ਜਿਹੜੀ ਹੈਗੀ ਆ ਉਹ ਬੰਦ ਕਰ ਦਿੱਤੀ ਗਈ ਆ। ਤੁਸੀਂ ਆਪਣੇ ਰੁਝੇਵੇਂ ਜੇਕਰ ਕੁਝ ਦਿਨ ਲਈ ਛੱਡ ਸਕਦੇ ਹੋ 13 ਫਰਵਰੀ ਤੋਂ ਬਾਅਦ ਦੀ ਹਾਲਾਤ ਦੇ ਮੁਤਾਬਕ, ਤਾਂ ਤੁਸੀਂ ਛੱਡ ਸਕਦੇ ਹੋ। ਜੇਕਰ ਤੁਸੀਂ ਆ ਰਹੇ ਹਾਂ ਤਾਂ ਤੁਹਾਨੂੰ ਬਦਲਵੇਂ ਪ੍ਰਸ਼ਾਸਨ ਨੇ ਰਸਤੇ ਦਿੱਤੇ ਨੇ, ਉਹਨਾਂ ਰਸਤਿਆਂ ਦੇ ਜ਼ਰੀਏ ਵਾਇਆ ਜਿਹੜਾ ਹੈਗਾ ਰਾਜਪੁਰ ਤੋਂ ਅੱਗੇ ਜਿਹੜਾ ਹੈਗਾ ਉਹ ਰਸਤਾ ਜਿਹੜਾ ਹੈਗਾ ਦਿੱਤਾ ਗਿਆ, ਬਦਲਵੇਂ ਰਸਤੇ ਡਾਈਵਰਟ ਰੂਟ ਦਿੱਤੇ ਗਏ ਨੇ, ਤੁਸੀਂ ਉਹਨਾਂ ਰੂਟ ਨੂੰ ਫੋਲੋ ਕਰੋ ਜੇਕਰ ਤੁਸੀਂ ਦਿੱਲੀ ਜਾਣਾ। ਜੇਕਰ ਤੁਸੀਂ ਬਚ ਸਕਦੇ ਹੋ, ਨਹੀਂ ਕੁਝ ਕੰਮ ਆਪਣੇ ਡਿਲੇ ਕਰ ਸਕਦੇ ਹੋ, ਤਾਂ ਉਸ ਲਈ ਤੁਹਾਨੂੰ ਬਿਹਤਰ ਫਾਇਦਾ ਹੋਵੇਗਾ, ਤੁਸੀਂ ਖੱਜਲ ਖਵਾਰੀ ਤੋਂ ਬਚ ਸਕਦੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਜਿੱਥੇ ਤੁਹਾਡੀ ਨਾਲ ਕਿਸਾਨੀ ਅੰਦੋਲਨ ਨਾਲ ਜੁੜੀ ਜਾਣਕਾਰੀ ਸਾਂਝੀ ਕਰੀਏ, ਸਰਕਾਰ ਨਾਲ ਜੁੜੀ ਜਾਣਕਾਰੀ ਸਾਂਝੀ ਕਰੀਏ, ਕੋਈ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰੀਏ। ਉੱਥੇ ਹੀ ਇੱਕ ਜ਼ਿੰਮੇਵਾਰੀ ਸਾਡੀ ਇਹ ਵੀ ਬਣਦੀ ਹੈ ਕਿ ਆਮ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਕਿ ਇਹ ਰੂਟ ਬੰਦ ਕੀਤੇ ਗਏ ਨੇ, ਉਹਨਾਂ ਨੂੰ ਇਹ ਜਾਣਕਾਰੀ ਦੇ ਦਈਏ ਕਿ ਵਾਇਆ ਸ਼ੰਭੂ ਵਾਇਆ ਖਨੌਰੀ ਜੇਕਰ ਤੁਸੀਂ ਦਿੱਲੀ ਜਾ ਰਹੇ ਹੋ ਤਾਂ ਬਿਲਕੁਲ ਨਾ ਜਾਓ, ਇਹ ਰਸਤੇ ਬੰਦ ਕਰ ਦਿੱਤੇ ਗਏ ਨੇ, ਬਦਲਵੇਂ ਰਸਤੇ ਦਿੱਤੇ ਗਏ ਨੇ, ਬਦਲਵੇਂ ਰਸਤਿਆਂ 'ਤੇ ਬਹੁਤ ਸਾਰਾ ਟ੍ਰੈਫਿਕ ਹੈਗਾ ਔਰ ਤੁਸੀਂ ਖੱਜਲ ਖਰਾਬ ਹੋ ਸਕਦੇ ਹੋ। ਤਾਂ ਲਗਾਤਾਰ ਅਸੀਂ ਆਪਣੀ ਜ਼ਿੰਮੇਵਾਰੀ ਵੀ ਨਿਭਾਵਾਂਗੇ, ਪਲ ਪਲ ਦੀ ਅਪਡੇਟ ਵੀ ਤੁਹਾਡੇ ਸਾਹਮਣੇ ਰੱਖਾਂਗੇ, ਔਰ ਪਲ ਪਲ ਦੀ ਸਰਕਾਰ ਔਰ ਕਿਸਾਨਾਂ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਭ ਤੋਂ ਪਹਿਲਾਂ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ।